ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਮੋਦੀ ਸਰਕਾਰ ਨੇ ਇਹਨਾਂ ਲੋਕਾਂ ਨੂੰ ਕਰਤਾ ਖੁਸ਼ ਦਿੱਤਾ ਮੋਟਾ ਗੱਫਾ ਲੋਕਾਂ ਦੇ ਵਿੱਚ ਸ਼ਾਈ ਖੁਸ਼ੀ ਦੀ ਲਹਿਰ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਅਗਸਤ ਮਹੀਨੇ ਦੇ ਵਿੱਚ ਕੇਂਦਰੀ ਮੁਲਾਜ਼ਮਾਂ ਦੇ ਬੈਂਕ ਖਾਤਿਆਂ ਦੇ ਵਿੱਚ ਜਿਆਦਾ ਤਨਖਾਹ ਆਈ ਅਤੇ ਜੁਲਾਈ ਦੇ ਵਿੱਚ ਕੇਂਦਰ ਨੇ ਮਹਿੰਗਾਈ ਭੱਤੇ ਦੀ ਦਰ ਨੂੰ 17% ਤੋਂ ਵਧਾ ਕੇ 28% ਕਰਨ ਦਾ ਐਲਾਨ ਕੀਤਾ ਹੈ ਤੇ ਇਹ ਡੀਏ ਅਗਸਤ ਦੀ ਤਨਖਾਹ ਦੇ ਵਿੱਚ ਜੋੜ ਕੇ ਆਇਆ ਤੇ ਕੇਂਦਰ ਸਰਕਾਰ ਨੇ ਲਗਭਗ 1.14 ਕਰੋੜ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਲਾਭ ਹੋਇਆ ਤੇ ਡੀਏ ਤੇ ਡੀਆਰ ਵਿੱਚ ਵਾਧੇ ਨੇ ਸਰਕਾਰੀ ਖਜ਼ਾਨੇ ਤੇ ਲਗਭਗ 34000 ਕਰੋੜ ਰੁਪਏ ਦਾ ਵਾਧੂ ਬੋਝ ਪਾਇਆ ਹੈ ਤੇ ਕੇਂਦਰੀ ਮੁਲਾਜ਼ਮਾਂ ਨਾਂ ਮਹंगाई भत्ता 12.5% ਹੋ ਗਿਆ ਤੇ ਉਦਾਹਰਣ ਦੇ ਵਜੋਂ ਜੇਕਰ ਕਿਸੇ ਮੁਲਾਜ਼ਮ ਦੀ ਮੂਢਲੀ ਤਨਖਾਹ 20000 ਰੁਪਏ ਹੈ ਤਾਂ ਪਹਿਲਾਂ 17% ਦੀ ਦਰ ਦੇ ਨਾਲ ਡੀਏ 3400 ਰੁਪਏ ਪ੍ਰਤੀ ਮਹੀਨਾ ਮਿਲ ਰਿਹਾ ਸੀ ਜੋ ਕਿ ਹੁਣ ਇਹ ਡੀਏ ਵਰਕੇ 5500 ਰੁਪਏ ਹੋ ਗਿਆ ਮਤਲਬ ਮਹੀਂ ਨਈ ਤਨਖਾਹ ਵਿੱਚ 2200 ਰੁਪਏ ਦਾ ਸਿੱਧਾ ਵਾਧਾ ਹੋ ਗਿਆ ਤੇ ਇਸੇ ਤਰ੍ਹਾਂ ਜੇ ਮੂਢਲੀ ਤਨਖਾਹ 50000 ਰੁਪਏ ਪ੍ਰਤੀ ਮਹੀਨਾ ਹੈ ਤਾਂ ਡੀਏ 8500 ਰੁਪਏ ਤੋਂ ਬਰ ਕੇ 14000 ਰੁਪਏ ਹੋ ਗਿਆ ਮਤਲਬ ਮਹੀਨੇ ਵਿੱਚ 5500 ਰੁਪਏ ਹੋਰ ਪ੍ਰਾਪਤ ਹੋ ਗਏ ਹਨ ਤੇ ਇਹ ਗਣਨਾ 1 ਜੁਲਾਈ ਤੋਂ ਲਾਗੂ ਹੋ ਗਈ ਹੈ